ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅਕਾਲ ਰੂਪ ਮੈਰਿਜ ਬਿਊਰੋ ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਬਹੁਤ ਹੀ ਸਪੈਸ਼ਲ ਪ੍ਰੋਫਾਈਲਸ ਔਰ ਇਹ ਰਿਸ਼ਤੇ ਨੋਟ ਕਰਨ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਜੇਕਰ ਤੁਸੀਂ ਚੈਨਲ ਨੂੰ ਆਲਰੇਡੀ ਸਬਸਕ੍ਰਾਈਬ ਕੀਤਾ ਹੈ ਤਾਂ ਇਸ ਦੀਆਂ ਜਿਹੜੀਆਂ ਨੋਟੀਫਿਕੇਸ਼ਨਸ ਨੇ ਉਹ ਵੀ ਤੁਸੀਂ ਔਨ ਕਰ ਲਓ ਕਿਉਂਕਿ ਜਿਹੜੇ ਵੀ ਸਾਡੇ ਕੋਲ ਨਵੇਂ ਤੋਂ ਨਵੇਂ ਪ੍ਰੋਫਾਈਲਸ ਆ ਰਹੇ ਨੇ ਉਹਨਾਂ ਸਾਰਿਆਂ ਦੀ ਜਾਣਕਾਰੀ ਜਿਹੜੀ ਹੈ ਤੁਰੰਤ ਤੁਹਾਡੇ ਤੱਕ ਪਹੁੰਚ ਸਕੇ ਸੋ ਦਿਸ ਇਜ਼ ਵੈਰੀ ਇੰਪੋਰਟੈਂਟ ਇਨਫੋਰਮੇਸ਼ਨ ਫਾਰ 올 ਆਫ ਯੂ ਕਿ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲੈਣਾ ਹੈ ਔਰ ਇਸ ਵੀਡੀਓ ਦੇ ਵਿੱਚ ਜਿੰਨੇ ਵੀ ਰਿਸ਼ਤੇ ਨੇ ਚਾਹੇ ਉਹ ਲੜਕੀਆਂ ਦੇ ਰਿਸ਼ਤੇ ਨੇ ਚਾਹੇ ਉਹ ਲੜਕੀਆਂ ਦੇ ਆ ਚਾਹੇ ਉਹ ਐਨਆਰਆਈਜ਼ ਨੇ ਜਾਂ ਗਵਰਨਟ ਚੌਪ ਵਾਲੇ ਨੇ ਉਹਨਾਂ ਸਾਰਿਆਂ ਦੇ ਜਿਹੜੇ ਕੰਟੈਕਟ ਨੰਬਰ ਨੇ ਉਹ ਨਾਲ ਹੀ ਦਿੱਤੇ ਹੋਏ ਨੇ ਸੋ ਤੁਸੀਂ ਉਹਨਾਂ ਨੰਬਰਾਂ ਦੇ ਉੱਪਰ ਹੀ ਕਾਲ ਕਰਨੀ ਹੈ ਔਰ ਉਹਨਾਂ ਨਾਲ ਸੰਪਰਕ ਕਰਕੇ ਤੁਸੀਂ ਇਹਨਾਂ ਤੋਂ ਹਰ ਕਿਸਮ ਦੀ ਇਨਫੋਰਮੇਸ਼ਨ ਲੈ ਸਕਦੇ ਹੋ ਸੋ ਲਾਸਟ ਦੇ ਵਿੱਚ ਜਿਹੜਾ ਸਾਡਾ ਨੰਬਰ ਦਿੱਤਾ ਗਿਆ ਹੈ 7589372162 ਸੋ ਇਸ ਨੰਬਰ ਤੇ ਤੁਸੀਂ ਆਪਣੇ ਬੱਚਿਆਂ ਦਾ ਬਾਇਓ ਡਾਟਾ ਸਾਨੂੰ ਸੈਂਡ ਕਰਨਾ ਹੈ ਹਾਂਜੀ ਇਹ ਜਿਹੜਾ ਸਾਡੇ ਕੋਲ ਫਰਸਟ ਪ੍ਰੋਫਾਈਲ ਪਹੁੰਚਿਆ ਹੈ ਇਹ ਹੈ ਯੂਐਸਏ ਸਿਟੀਜ਼ਨ ਲੜਕੀ ਜਿਨ੍ਹਾਂ ਦੀ ਜਿਹੜੀ ਕਾਸਟ ਹੈ ਉਹ ਹੈ ਸ਼ਰਮਾ ਇਹ ਯੂਐਸਏ ਦੇ ਵਿੱਚ ਗਵਰਨਮੈਂਟ ਜੋਬ ਕਰਦੇ ਨੇ ਐਜ਼ ਅ ਟੀਚਰ ਇਹਨਾਂ ਦੀ ਜਿਹੜੀ ਕੁਆਲਿਫਿਕੇਸ਼ਨ ਹੈ ਉਹ ਡਬਲ ਬੈਚਲਰਸ ਹੈ ਏਜ ਹੈ ਇਹਨਾਂ ਦੀ 31 ইয়ার্স हाइट ਹੈ ਨਦੀ 5 ফুট 3 ਇੰਚ ਔਰ ਪੰਜਾਬ ਤੋਂ ਬਿਲੋਂਗ ਕਰਦੇ ਨੇ ਜਲੰਧਰ ਸਿਟੀ ਤੋਂ ਔਰ ਇਹ ਜਿਹੜੀ ਫੈਮਿਲੀ ਹੈ ਸਾਰੀ ਦੀ ਸਾਰੀ ਜਿਹੜੀ ਫੈਮਿਲੀ ਇਹਨਾਂ ਦੀ ਉਹ ਵੈਲ এডਿਕੇਟਿਡ ਔਰ ਜਿਹੜੀ ਹੈ ਵੈਲ ਸੈਟਲ ਹੈ ਯੂ ਐਸ ਏ ਦੇ ਵਿੱਚ ਸਾਰੇ ਫੈਮਿਲੀ ਮੈਂਬਰਸ ਉੱਥੇ ਰਹਿ ਰਹੇ ਨੇ ਔਰ ਇਹਨਾਂ ਦੀ ਚੋਇਸ ਕੀ ਹੈ ਕਿ ਇਹਨਾਂ ਨੂੰ ਲੜਕਾ ਸਿਰਫ ਔਰ ਸਿਰਫ ਸ਼ਰਮਾ ਕਾਸਟ ਵਿੱਚ ਹੀ ਚਾਹੀਦਾ ਹੈ ਪੰਜਾਬ ਤੋਂ ਕਿਤੇ ਵੀ ਬਿਲੋਂਗ ਕਰ ਸਕਦਾ ਹੈ ਕਿਸੇ ਵੀ ਏਰੀਆ ਦਾ ਹੋਵੇ ਪੰਜਾਬ ਤੋਂ ਇਹਨਾਂ ਨੂੰ ਪ੍ਰੋਫਾਈਲ ਚਾਹੀਦਾ ਹੈ ਲੜਕੇ ਦਾ ਔਰ ਜਾਂ ਫਿਰ ਇਹਨਾਂ ਨੂੰ ਚਾਹੀਦਾ ਹੈ ਲੜਕਾ ਯੂਐਸਏ ਦੇ ਵਿੱਚ ਹੋਵੇ ਜਾਂ ਕੈਨੇਡਾ ਜਾਂ ਆਸਟ੍ਰੇਲੀਆ ਦੇ ਵਿੱਚ ਹੋਵੇ ਪਰ ਉਹ ਜਿਹੜਾ ਹੈ ਯੂਐਸਏ ਵਿੱਚ ਮੂਵ ਕਰਨ ਦਾ ਉਹ ਵਿਲਿੰਗ ਹੋਵੇ ਉਹਦੀ ਇੱਛਾ ਹੋਵੇ ਕਿ ਮੈਂ ਮੈਰਿਜ ਕਰਕੇ ਜਾਂ ਮੈਰਿਜ ਕਰਵਾ ਕੇ ਜਿਹੜਾ ਹੈ ਯੂਐਸਏ ਸੈਟਲ ਹੋਣਾ ਹੈ ਸੋ ਵਧੇਰੇ ਜਾਣਕਾਰੀ ਵਾਸਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਔਰ ਇਹਨਾਂ ਦਾ ਜਿਹੜਾ ਸੰਪਰਕ ਨੰਬਰ ਹੈ ਉਹ ਹੈ +14014166414 ਸੋ ਇਸ ਨੰਬਰ ਤੇ ਤੁਸੀਂ ਜਿਹੜਾ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਔਰ ਇਹਨਾਂ ਦੀ ਚੋਇਸ ਕੀ ਹੈ ਕਿ ਲੜਕਾ ਕਿਸੇ ਕਿਸਮ ਦਾ ਕੋਈ ਨਸ਼ਾ ਨਾ ਕਰਦਾ ਹੋਵੇ ਔਰ ਲੜਕੀ ਦੀ ਏਜ ਤੋਂ 3 ਜਾਂ 4 ਸਾਲ ਉਹ ਛੋਟਾ ਵੀ ਹੋ ਸਕਦਾ ਹੈ ਜਾਂ 3-4 ਸਾਲ ਉਹ ਵੱਡਾ ਵੀ ਹੋ ਸਕਦਾ ਹੈ ਸੋ ਵਧੇਰੇ ਜਾਣਕਾਰੀ ਵਾਸਤੇ ਤੁਸੀਂ ਡਾਇਰੈਕਟ ਇਹਨਾਂ ਦੇ ਨਾਲ ਗੱਲ ਕਰ ਸਕਦੇ ਹੋ ਹਾਂਜੀ ਨੈਕਸਟ ਜਿਹੜਾ ਪ੍ਰੋਫਾਈਲ ਪਹੁੰਚਿਆ ਹੈ ਇਹ ਹੈ ਜੱਟ ਸਿੱਖ ਕਾਸਟ ਦਾ ਲੜਕਾ ਜਿਹੜਾ ਆਸਟ੍ਰੇਲੀਆ ਦੇ ਵਿੱਚ ਪੀਆਰ ਹੈ ਔਰ 2 ਮਹੀਨਿਆਂ ਤੱਕ ਲਗਭਗ ਇਹਨਾਂ ਦੀ ਪੀਆਰ ਜਿਹੜੀ ਆਉਣ ਵਾਲੀ ਹੈ ਹਾਈਟ ਹੈ ਇਹਨਾਂ ਦੀ 6 ਫੁੱਟ 5 ਇੰਚ ਡੇਟ ਆਫ ਬਰਥ ਹੈ ਇਹਨਾਂ ਦੀ 8 ਨਵੰਬਰ 1995 ਔਰ ਇਹਨਾਂ ਦੀ ਸਟੱਡੀ ਹੈ ਪਲੱਸ 2 ਮੈਡੀਕਲ ਦੇ ਵਿੱਚ ਔਰ ਉਸ ਤੋਂ ਬਾਅਦ ਇਹਨਾਂ ਨੇ ਐਗਰੀਕਲਚਰ ਸੀਜੀਸੀ ਡਿਪਲੋਮਾ ਕੀਤਾ ਹੈ ਇਨ ਪੇਂਟਿੰਗ ਐਂਡ ਕੰਸਟਰਕਸ਼ਨ ਦੇ ਵਿੱਚ ਔਰ ਇਹਨਾਂ ਦਾ ਆਪਣਾ ਘਰ ਹੈ ਮੈਡੀਕਲ ਸਟੋਰ ਹੈ ਦੋ ਸ਼ਾਪਸ ਨੇ ਤੇ 5 ਏਕੜ ਇਹਨਾਂ ਦੀ ਜ਼ਮੀਨ ਹੈ ਔਰ ਇਹਨਾਂ ਦੀ ਚੋਇਸ ਕੀ ਹੈ ਕਿ ਇਹਨਾਂ ਨੂੰ ਲੜਕੀ ਜਿਹੜੀ ਹੈ ਜਿਆਦਾ ਹਾਈਟ ਵਾਲੀ ਚਾਹੀਦੀ ਹੈ ਔਰ ਲੜਕੀ ਜਿਹੜੀ ਹੈ ਉਹ ਵੈਲ ਐਜੂਕੇਟਿਡ ਹੋਵੇ ਜੇਕਰ ਇਹਨਾਂ ਨੂੰ ਆਸਟ੍ਰੇਲੀਆ ਦੇ ਵਿੱਚ ਪੀਆਰ ਲੜਕੀ ਮਿਲਦੀ ਤਾਂ ਵੀ ਇਹ ਰਿਸ਼ਤਾ ਕਰ ਲੈਣਗੇ ਜੇ ਵਰਕ ਪਰਮਿਟ ਤੇ ਹੋਵੇ ਤੇ ਤਾਂ ਵੀ ਇਹ ਰਿਸ਼ਤਾ ਕਰ ਸਕਦੇ ਨੇ ਜਾਂ ਪੰਜਾਬ ਤੋਂ ਜਿਨੇ ਬੀਐਸਸੀ ਨਰਸਿੰਗ ਜਾਂ ਅੱਛੀ ਕੁਆਲਿਫੀਕੇਸ਼ਨ ਕੀਤੀ ਹੋਵੇ ਸਭ ਵਧੇਰੇ ਜਾਣਕਾਰੀ ਵਾਸਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਹਾਂਜੀ ਤੇ ਇਹਨਾਂ ਦਾ ਕੰਟੈਕਟ ਨੰਬਰ ਹੈ 88475 47074 ਹਾਂਜੀ ਇਸ ਨੰਬਰ ਤੇ ਤੁਸੀਂ ਕਾਲ ਕਰਕੇ ਇਹਨਾਂ ਤੋਂ ਹਰ ਕਿਸਮ ਦੀ ਇਨਫੋਰਮੇਸ਼ਨ ਜਿਹੜੀ ਹੈ ਉਹ ਤੁਸੀਂ ਲੈ ਸਕਦੇ ਹੋ ਹਾਂਜੀ ਨੈਕਸਟ ਜਿਹੜਾ ਪ੍ਰੋਫਾਈਲ ਹੈ ਇਹ ਹੈ ਅਰੋੜਾ ਕਾਸਟ ਦਾ ਲੜਕਾ ਔਰ ਇਹਨਾਂ ਦੀ ਜਿਹੜੀ ਡੇਟ ਆਫ ਬਰਥ ਹੈ ਉਹ ਹੈ 18 ਅਗਸਤ 1991 ਜੀ ਹਾਂ 18th ਅਗਸਤ 1991 ਹਾਈਟ ਹੈ ਇਹਨਾਂ ਦੀ 5 ਫੁੱਟ 10 ਇੰਚ ਔਰ ਇਹ ਪਗੜੀ ਬੰਦਦੇ ਨੇ ਸਰਦਾਰ ਨੇ ਔਰ ਅਨਮੈਰਿਡ ਨੇ ਕੁਆਲਿਫਿਕੇਸ਼ਨ ਹੈ ਇਹਨਾਂ ਦੀ 10th ਕਲਾਸ ਤੇ ਇਹਨਾਂ ਦਾ ਪ੍ਰੋਫੈਸ਼ਨ ਕੀ ਹੈ ਟਰਾਂਸਪੋਰਟ ਸੇਲ ਤੇ ਪਰਚੇਜ਼ ਦਾ ਇਹਨਾਂ ਦਾ ਕੰਮ ਹੈ 10 ਲੱਖ ਰੁਪਏ ਜਿਹੜੀ ਇਹਨਾਂ ਦੀ ਉਹ ਇਨਕਮ ਹੈ ਔਰ ਪੰਜਾਬ ਤੋਂ ਇਹ ਬਿਲੋਂਗ ਕਰਦੇ ਨੇ ਲੁਧਿਆਣਾ ਏਰੀਆ ਤੋਂ ਔਰ ਇਹਨਾਂ ਦਾ ਕੰਟੈਕਟ ਨੰਬਰ ਦਿੱਤਾ ਗਿਆ ਹੈ 9778 3308 ਸੋ ਇਸ ਨੰਬਰ ਤੇ ਤੁਸੀਂ ਕਾਲ ਕਰਕੇ ਇਹਨਾਂ ਤੋਂ ਹਰ ਕਿਸਮ ਦੀ ਇਨਫਰਮੇਸ਼ਨ ਲੈ ਸਕਦੇ ਹੋ ਹਾਂਜੀ ਨੈਕਸਟ ਜਿਹੜਾ ਪ੍ਰੋਫਾਈਲ ਹੈ ਇਹ ਹੈ ਮਜਬੀ ਸਿੱਖ ਕਾਸਟ ਦਾ ਲੜਕਾ ਹੈ ਇਸ ਦਾ ਨਾਮ ਹੈ ਸੰਦੀਪ ਸਿੰਘ ਫਾਦਰ ਇਹਨਾਂ ਦੇ ਜਿਹੜੇ ਉਹਨਾਂ ਦਾ ਨਾਮ ਹੈ ਮੁਖਤਿਆਰ ਸਿੰਘ ਐਂਡ ਇਹਨਾਂ ਦੀ ਡੇਟ ਆਫ ਬਰਥ ਹੈ 12 ਜੁਲਾਈ 1991 ਹਾਈਟ ਹੈ ਇਹਨਾਂ ਦੀ 5 ਫੁੱਟ 11 ਇੰਚ ਕੁਆਲੀਫਿਕੇਸ਼ਨ ਹੈ ਇਹਨਾਂ ਦੀ ਗ੍ਰੈਜੂਏਸ਼ਨ ਬੀਏ ਇਹਨਾਂ ਨੇ ਕੀਤੀ ਹੈ ਔਰ ਇਹਨਾਂ ਦਾ profession ਕੀ ਹੈ ਕਿ ਪੰਜਾਬ ਪੁਲਿਸ ਦੇ ਵਿੱਚ ਗਵਰਨਟ ਜੋਬ ਕਰਦੇ ਨੇ ਐਜ਼ ਅ ਹਵਲਦਾਰ ਔਰ ਇਹਨਾਂ ਦੀ ਜਿਹੜੀ ਗੋਤ ਹੈ ਉਹ ਹੈ ਪੱਟੀ ਪੰਜਾਬ ਤੋਂ ਬਿਲੋਂਗ ਕਰਦੇ ਨੇ ਫਿਰੋਜ਼ਪੁਰ ਏਰੀਆ ਤੋਂ ਔਰ ਇਹਨਾਂ ਦੀ ਚੋਇਸ ਕੀ ਆ ਕਿ ਇਹਨਾਂ ਨੂੰ ਗਵਰਨਡ ਜੋਬ ਕਰਦੀ ਲੜਕੀ ਦਾ ਪ੍ਰੋਫਾਈਲ ਹੀ ਚਾਹੀਦਾ ਹੈ ਔਰ ਵਧੇਰੇ ਜਾਣਕਾਰੀ ਵਾਸਤੇ ਤੁਸੀਂ ਇਹਨਾਂ ਨੂੰ ਸਿੱਧਾ ਕਾਲ ਕਰ ਸਕਦੇ ਹੋ ਇਹਨਾਂ ਦਾ ਕੰਟੈਕਟ ਨੰਬਰ ਹੈ 8727848187 ਸੋ ਤੁਸੀਂ ਚੰਗੀ ਤਰ੍ਹਾਂ ਨੰਬਰ ਚੈੱਕ ਕਰਕੇ ਇਹਨਾਂ ਨੂੰ ਕਾਲ ਕਰ ਸਕਦੇ ਹੋ ਔਰ ਇਹ ਜਿਹੜੀ ਫੈਮਿਲੀ ਹੈ ਸਾਰੀ ਦੀ ਸਾਰੀ ਫੈਮਿਲੀ ਵੈਲ ਸੈਟਲ ਹੈ ਸਾਰੇ ਫੈਮਿਲੀ ਮੈਂਬਰਸ ਜਿਹੜੇ ਨੇ ਉਹ ਵੈਲ ਐਜੂਕੇਟਿਡ ਨੇ ਸੋ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਹਰ ਕਿਸਮ ਦੀ ਇਨਫੋਰਮੇਸ਼ਨ ਲੈ ਸਕਦੇ ਹੋ ਹਾਂਜੀ ਨੈਕਸਟ ਜਿਹੜਾ ਪ੍ਰੋਫਾਈਲ ਹੈ ਇਹ ਹੈ ਜੱਟ ਸਿੱਖ ਕਾਸਤ ਦੀ ਲੜਕੀ ਜਿਹੜੀ ਪ੍ਰੋਫੈਸਰ ਹੈ ਯੂਨੀਵਰਸਿਟੀ ਦੇ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਇਹ ਪ੍ਰੋਫੈਸਰ ਨੇ ਔਰ ਇਹਨਾਂ ਦੀ ਜਿਹੜੀ ਡੇਟ ਆਫ ਬਰਥ ਹੈ ਉਹ ਹੈ ਸਪਟੰਬਰ 1992 ਤੇ ਹਾਈਟ ਹੈ ਇਹਨਾਂ ਦੀ 5 ਫੁੱਟ 6 ਇੰਚ ਚੰਡੀਗੜ੍ਹ ਸਿਟੀ ਦੇ ਵਿੱਚ ਇਹ ਰਹਿ ਰਹੇ ਨੇ ਔਰ ਇਹਨਾਂ ਦੀ ਚੋਇਸ ਕੀ ਹੈ ਕਿ ਇਹਨਾਂ ਨੂੰ ਜੱਟ ਸਿੱਖ ਕਾਸਟ ਦੇ ਲੜਕੇ ਦਾ ਐਨ ਆਰ ਆਈ ਲੜਕੇ ਦਾ ਪ੍ਰੋਫਾਈਲ ਚਾਹੀਦਾ ਹੈ ਜਿਹੜਾ ਲੜਕਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਜਾਂ ਯੂ ਐਸ ਏ ਦੇ ਵਿੱਚ ਪੀ ਆਰ ਹੋਵੇ ਜਾਂ ਸਿਟੀਜ਼ਨ ਹੋਵੇ ਸੋ ਇਸ ਪ੍ਰਕਾਰ ਦਾ ਇਹਨਾਂ ਨੂੰ ਜਿਹੜਾ ਪ੍ਰੋਫਾਈਲ ਚਾਹੀਦਾ ਹੈ ਬਾਕੀ ਇਹਨਾਂ ਦੀ ਸਾਰੀ ਦੀ ਸਾਰੀ ਜਿਹੜੀ ਫੈਮਿਲੀ ਆ ਉਹ ਵੈਲ ਸੈਟਲ ਹੈ ਔਰ ਵੈਲ ਐਜੂਕੇਟਿਡ ਹੈ ਵਧੇਰੇ ਜਾਣਕਾਰੀ ਵਾਸਤੇ ਤੁਸੀਂ ਸਿੱਧਾ ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ ਇਹਨਾਂ ਦਾ ਕੰਟੈਕਟ ਨੰਬਰ ਹੈ 9972150 9721 so i am going to repeat again 9972150481 हां जी नेक्स्ट ਜਿਹੜਾ ਪ੍ਰੋਫਾਈਲ ਹੈ ਇਹ ਹੈ ਬ੍ਰਾਹਮਣ ਕਾਸਟ ਦਾ ਲੜਕਾ ਇਹਨਾਂ ਦਾ ਨਾਮ ਹੈ ਵਿਪਨ ਕੁਮਾਰ ਡੇਟ ਆਫ ਬਰਥ ਹੈ ਇਹਨਾਂ ਦੀ 10 ਮਾਰਚ 1992 ਜੀ ਹਾਂ 10th ਮਾਰਚ 1992 ਹਾਈਟ ਹੈ ਇਹਨਾਂ ਦੀ 5 ਫੁੱਟ 7 ਇੰਚ ਔਰ ਇਹਨਾਂ ਦਾ ਆਪਣਾ ਖੁਦ ਦਾ ਬਿਜ਼ਨਸ ਹੈ ਫਾਦਰ ਜਿਹੜੇ ਇਹਨਾਂ ਦੇ ਗਵਰਨਮੈਂਟ ਜੌਬ ਤੋਂ ਰਿਟਾਇਰਡ ਨੇ ਮਦਰ ਜਿਹੜੇ ਹਾਊਸ ਵਾਈਫ ਨੇ ਇਹਨਾਂ ਦੀ ਜਿਹੜੀ ਮੰਥਲੀ ਇਨਕਮ ਹੈ ਉਹ ਹੈ ਲਗਭਗ 35 ਤੋਂ ਲੈ ਕੇ 40000 ਰੁਪਿਆ ਔਰ ਇਹਨਾਂ ਦਾ ਪਿੰਡ ਹੈ জাফরਪੁਰ ਜੇਲ ਰੋਡ ਗੁਰਦਾਸਪੁਰ ਤੇ ਸੋ ਵਧੇਰੇ ਜਾਣਕਾਰੀ ਵਾਸਤੇ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਇਹਨਾਂ ਦਾ ਕੰਟੈਕਟ ਨੰਬਰ ਹੈ 9501786709 ਸੋ ਹਰ ਕਿਸਮ ਦੀ ਇਨਫਰਮੇਸ਼ਨ ਲੈਣ ਵਾਸਤੇ ਤੁਸੀਂ ਸਿੱਧਾ ਇਹਨਾਂ ਨੂੰ ਕਾਲ ਕਰੋ ਹਾਂਜੀ ਨੈਕਸਟ ਜਿਹੜਾ ਪ੍ਰੋਫਾਈਲ ਹੈ ਇਹ ਹੈ ਜੱਟ ਸਿੱਖ ਕਾਸਟ ਦਾ ਲੜਕਾ ਇਹਨਾਂ ਦੀ ਏਜ ਹੈ 30 ਸਾਲ ਹਾਈਟ ਹੈ ਇਹਨਾਂ ਦੀ 5 ਫੁੱਟ 8 ਇੰਚ ਇੱਕ ਇਹਨਾਂ ਦਾ ਬ੍ਰਦਰ ਹੈ ਔਰ ਇੱਕ ਇਹਨਾਂ ਦੀ ਸਿਸਟਰ ਹੈ ਉਹ ਦੋਨੋਂ ਮੈਰਿਡ ਨੇ 4 ਏਕੜ ਇਹਨਾਂ ਦੀ ਜ਼ਮੀਨ ਹੈ ਔਰ ਆਪਣੀ ਇਹਨਾਂ ਦੀ ਵਰਕਸ਼ਾਪ ਹੈ ਇਹਨਾਂ ਨੂੰ ਸਿੰਪਲ ਲੜਕੀ ਦਾ ਪ੍ਰੋਫਾਈਲ ਚਾਹੀਦਾ ਹੈ ਜਿਹੜੀ ਘਰ-ਬਾਰ ਸੰਭਲਣਾ ਜਾਣਦੀ ਹੋਵੇ ਔਰ ਨਾਈਸ ਫੈਮਿਲੀ ਨੂੰ ਬਿਲੋਂਗ ਕਰਦੀ ਹੋਵੇ ਹਾਂਜੀ ਤੇ ਪੰਜਾਬ ਤੋਂ ਬਿਲੋਂਗ ਕਰਦੇ ਨੇ ਲੁਧਿਆਣਾ ਏਰੀਆ ਤੋਂ ਸੋ ਵਧੇਰੇ ਜਾਣਕਾਰੀ ਵਾਸਤੇ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਇਹਨਾਂ ਦਾ ਕੰਟੈਕਟ ਨੰਬਰ ਹੈ 9855606853 ਸੋ ਇਸ ਨੰਬਰ ਤੇ ਤੁਸੀਂ ਕਾਲ ਕਰਨੀ ਹੈ ਔਰ ਇਹਨਾਂ ਤੋਂ ਹਰ ਕਿਸਮ ਦੀ ਇਨਫੋਰਮੇਸ਼ਨ ਜਿਹੜੀ ਹੈ ਤੁਸੀਂ ਲੈ ਸਕਦੇ ਹੋ ਹਾਂਜੀ ਨੈਕਸਟ ਜਿਹੜਾ ਪ੍ਰੋਫਾਈਲ ਹੈ ਇਹ ਹੈ ਰਵੀ ਦਾਸੀਆ ਸਿੱਖ ਕਾਸਟ ਦੀ ਲੜਕੀ ਔਰ ਇਹਨਾਂ ਦੀ ਜਿਹੜੀ ਏਜ ਹੈ ਉਹ ਹੈ 25 ਸਾਲ ਹਾਈਟ ਹੈ ਇਹਨਾਂ ਦੀ 5 ਫੁੱਟ 1 ਇੰਚ ਇਨਾਂ ਨੇ ਪਲੱਸ 2 ਪਾਸ ਕੀਤੀ ਹੈ ਸਾਈਡ ਬਾਈ ਸਾਈਡ ਇਹਨਾਂ ਨੇ ਫੈਸ਼ਨ ਡਿਜ਼ਾਈਨਿੰਗ ਦਾ ਕੋਰਸ ਕੀਤਾ ਹੈ ਔਰ ਕੰਪਿਊਟਰ ਕੋਰਸ ਕੀਤਾ ਹੈ ਪੰਜਾਬ ਤੋਂ ਹੀ ਰਹਿਣ ਵਾਲੇ ਨੇ ਹੁਸ਼ਿਆਰਪੁਰ ਤੋਂ ਕਾਸਟ ਦਾ ਇਹਨਾਂ ਨੂੰ ਕੋਈ ਇਸ਼ੂ ਨਹੀਂ ਹੈ ਔਰ ਇਹਨਾਂ ਦੀ ਚੋਇਸ ਕੀ ਹੈ ਕਿ ਇਹਨਾਂ ਨੂੰ ਲੜਕਾ ਐਨ ਆਰ ਆਈ ਚਾਹੀਦਾ ਹੈ ਚਾਹੇ ਉਹ ਕੈਨੇਡਾ ਆਸਟ੍ਰੇਲੀਆ ਇਟਲੀ ਯੂਕੇ ਜਾਂ ਯੂ ਐਸ ਏ ਦੇ ਵਿੱਚ ਪੀ ਆਰ ਹੋਵੇ ਔਰ ਵੈਲ ਸੈਟਲ ਹੋਵੇ ਸੋ ਵਧੇਰੇ ਜਾਣਕਾਰੀ ਵਾਸਤੇ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ 9876894415 ਸੋ ਇਸ ਨੰਬਰ ਤੇ ਤੁਸੀਂ ਕਾਲ ਕਰਨਾ ਹੈ ਔਰ ਇਹਨਾਂ ਤੋਂ ਹਰ ਕਿਸਮ ਦੀ ਇਨਫਰਮੇਸ਼ਨ ਲੈਣੀ ਹੈ ਹਾਂਜੀ ਨੈਕਸਟ ਜਿਹੜਾ ਪ੍ਰੋਫਾਈਲ ਹੈ ਇਹ ਹੈ ਜੱਟ ਸਿੱਖ ਕਾਸਟ ਦੀ ਲੜਕੀ ਔਰ ਇਹਨਾਂ ਦੀ ਜਿਹੜੀ ਡੇਟ ਆਫ ਬਰਥ ਹੈ ਉਹ ਹੈ 24 ਜੁਲਾਈ 1986 ਜੀਹਾਂ 24th ਜੁਲਾਈ 1986 ਇਹਨਾਂ ਦਾ ਡਾਈਵੋਰਸ ਹੋਇਆ ਹੈ ਪਲੱਸ 2 ਇਹ ਪਾਸ ਨੇ ਹਾਈਟ ਹੈ ਇਹਨਾਂ ਦੀ 5 ਫੁੱਟ 5 ਇੰਚ ਔਰ ਪੰਜਾਬ ਤੋਂ ਬਿਲੋਂਗ ਕਰਦੇ ਨੇ ਬਰਨਾਲਾ ਏਰੀਆ ਤੋਂ 5 ਏਕੜ ਇਹਨਾਂ ਦੀ ਜ਼ਮੀਨ ਹੈ ਇੱਕ ਇਹਨਾਂ ਦਾ ਬ੍ਰਦਰ ਹੈ ਉਹ ਮੈਰਿਡ ਹੈ ਔਰ ਸਾਰੀ ਦੀ ਸਾਰੀ ਜਿਹੜੀ ਫੈਮਿਲੀ ਉਹ ਬਹੁਤ ਨਾਈਸ ਫੈਮਿਲੀ ਹੈ ਐਂਡ ਇਹਨਾਂ ਦੀ ਚੋਇਸ ਕੀ ਹੈ ਕਿ ਇਹਨਾਂ ਨੂੰ ਲੜਕਾ ਐਨ ਆਰ ਆਈ ਚਾਹੀਦਾ ਹੈ ਚਾਹੇ ਉਹ ਕੈਨੇਡਾ ਤੋਂ ਹੋਵੇ ਯੂਕੇ ਤੋਂ ਹੋਵੇ ਯੂ ਐਸ ਏ ਤੋਂ ਹੋਵੇ ਜਾਂ ਆਸਟ੍ਰੇਲੀਆ ਤੋਂ ਹੋਵੇ ਸੋ ਸਾਰੀ ਦੀ ਸਾਰੀ ਫੈਮਿਲੀ ਵੈਲ ਐਜੂਕੇਟਿਡ ਹੈ ਵੈਰੀ ਨਾਈਸ ਹੈ ਇਹਨਾਂ ਦਾ ਕੰਟੈਕਟ ਨੰਬਰ ਹੈ 6283 471583 ਸੋ ਇਸ ਨੰਬਰ ਤੇ ਤੁਸੀਂ ਕਾਲ ਕਰਨਾ ਹੈ ਕਾਲ ਕਰਨ ਤੋਂ ਪਹਿਲਾਂ ਤੁਸੀਂ ਨੰਬਰ ਚੰਗੀ ਤਰ੍ਹਾਂ ਚੈੱਕ ਕਰ ਲੈਣਾ ਹੈ ਔਰ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਇਹਨਾਂ ਤੋਂ ਹਰ ਕਿਸਮ ਦੀ ਇਨਫੋਰਮੇਸ਼ਨ ਲੈ ਸਕਦੇ ਹੋ ਹਾਂਜੀ ਨੈਕਸਟ ਜਿਹੜਾ ਪ੍ਰੋਫਾਈਲ ਹੈ ਇਹ ਹੈ ਜਸਵਿੰਦਰ ਸਿੰਘ ਹੈਪੀ ਬਰਾਡ ਨਾਮ ਦਾ ਲੜਕਾ ਔਰ ਇਹਨਾਂ ਦੀ ਜਿਹੜੀ ਡੇਟ ਆਫ ਬਰਥ ਹੈ ਉਹ ਹੈ 28 ਅਪ੍ਰੈਲ 1990 ਜੀਹਾਂ 28th ਅਪ੍ਰੈਲ 1990 ਇਹਨਾਂ ਦਾ ਬ੍ਰਦਰ ਨਹੀਂ ਹੈ ਸਿੰਗਲ ਨੇ ਔਰ ਦੋ ਇਹਨਾਂ ਦੀਆਂ ਸਿਸਟਰਸ ਨੇ ਉਹ ਮੈਰਿਡ ਨੇ ਪਲੱਸ 2 ਇਹ ਪਾਸ ਨੇ ਨਾਲ ਇਹਨਾਂ ਨੇ ਆਈਟੀਆਈ ਕੀਤੀ ਹੈ ਔਰ ਪਲੰਬਰ ਦਾ ਕੋਰਸ ਕੀਤਾ ਹੈ ਜ਼ਮੀਨ ਹੈ ਇਹਨਾਂ ਦੀ 9 ਕਿੱਲੇ ਔਰ ਪੰਜਾਬ ਤੋਂ ਇਹ ਬਿਲੋਂਗ ਕਰਦੇ ਨੇ ਮੋਗਾ ਏਰੀਆ ਤੋਂ ਔਰ ਵਧੇਰੇ ਜਾਣਕਾਰੀ ਵਾਸਤੇ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਇਹਨਾਂ ਦਾ ਕੰਟੈਕਟ ਨੰਬਰ ਹੈ 9646560144 ਸੋ ਆਈ ਐਮ ਗੋਇੰਗ ਟੂ ਰਿਪੀਟ ਅਗੇਨ 9646560144 ਸੋ ਇਸ ਨੰਬਰ ਤੇ ਤੁਸੀਂ ਕਾਲ ਕਰਕੇ ਇਹਨਾਂ ਤੋਂ ਹਰ ਕਿਸਮ ਦੀ ਇਨਫੋਰਮੇਸ਼ਨ ਲੈ ਸਕਦੇ ਹੋ ਹਾਂਜੀ ਨੈਕਸਟ ਜਿਹੜਾ ਪ੍ਰੋਫਾਈਲ ਹੈ ਇਹ ਹੈ ਜੱਟ ਸਿੱਖ ਕਾਸਟ ਦਾ ਲੜਕਾ ਜਿਹੜਾ ਆਸਟ੍ਰੇਲੀਆ ਦੇ ਵਿੱਚ ਵੈਲ ਸੈਟਲ ਹੈ ਔਰ ਐਟ ਪ੍ਰੈਜ਼ੈਂਟ ਉਹ ਵਰਕ ਪਰਮਿਟ ਤੇ ਹੈ ਗੋਤ ਹੈ ਨਦੀ ਪੁੱਲਰ ਔਰ ਡੇਟ ਆਫ ਬਰਥ ਹੈ 1998 ਦਾ ਜਨਮ ਹਾਈਟ ਹੈ ਇਹਨਾਂ ਦੀ 6 ਫੁੱਟ ਜ਼ਮੀਨ ਹੈ 10 ਏਕੜ ਔਰ ਇਹਨਾਂ ਦੀ ਜਿਹੜੀ ਕੁਆਲੀਫਿਕੇਸ਼ਨ ਹੈ ਉਹ ਹੈ ਸਟੱਡੀ ਮਾਸਟਰ ਡਿਗਰੀ ਅੰਡ ਤਰਨਤਾਰਨ ਏਰੀਆ ਤੋਂ ਇਹ ਬਲੋਂਗ ਕਰਦੇ ਨੇ ਅ ਇਕਲੋਤੇ ਬੇਟੇ ਨੇ ਹੋਰ ਇਹਨਾਂ ਦੀ ਬ੍ਰਦਰ ਸਿਸਟਰ ਨਹੀਂ ਹੈ ਔਰ ਵਧੇਰੇ ਜਾਣਕਾਰੀ ਵਾਸਤੇ ਤੁਸੀਂ ਇਹਨਾਂ ਨਾਲ ਸਿੱਧਾ ਕੰਟੈਕਟ ਕਰ ਸਕਦੇ ਹੋ ਇਹਨਾਂ ਦਾ ਫੋਨ ਨੰਬਰ ਹੈ ਅ +919814564602 ਸੋ ਇੰਡੀਆ ਦਾ ਨੰਬਰ ਹੈ ਇਹਨਾਂ ਦੀ ਫੈਮਿਲੀ ਦਾ ਨੰਬਰ ਹੈ ਤੁਸੀਂ ਇਹਨਾਂ ਨਾਲ ਕਾਲ ਕਰਕੇ ਇਹਨਾਂ ਤੋਂ ਹਰ ਕਿਸਮ ਦੀ ਇਨਫੋਰਮੇਸ਼ਨ ਜਿਹੜੀ ਹੈ ਉਹ ਤੁਸੀਂ ਲੈ ਸਕਦੇ ਹੋ ਹਾਂਜੀ ਨੈਕਸਟ ਜਿਹੜਾ ਪ੍ਰੋਫਾਈਲ ਹੈ ਇਹ ਹੈ ਜੱਟ ਸਿੱਖ ਕਸਟ ਦਾ ਲੜਕਾ ਜਿਹੜਾ ਕੈਨੇਡਾ ਦੇ ਵਿੱਚ ਸਿਟੀਜ਼ਨ ਹੈ ਔਰ ਕੈਨੇਡਾ ਦੇ ਵਿੱਚ ਐਜ਼ ਅ ਇੰਜੀਨੀਅਰ ਜਿਹੜਾ ਉੱਥੇ ਜੋਬ ਕਰ ਰਹੇ ਨੇ ਇਹਨਾਂ ਦਾ ਜਿਹੜਾ ਬੌਰਨ ਹੈ ਉਹ ਹੈ 1992 ਦਾ ਹਾਈਟ ਹੈ ਇਹਨਾਂ ਦੀ 5 ਫੁੱਟ 10 ਇੰਚ ਔਰ ਇੰਡੀਆ ਦੇ ਵਿੱਚ ਯਾਨੀ ਕਿ ਪੰਜਾਬ ਦੇ ਵਿੱਚ ਇਹਨਾਂ ਦੀ ਜ਼ਮੀਨ ਹੈਗੀ ਆ 12 ਏਕੜ ਔਰ ਪੰਜਾਬ ਤੋਂ ਹੀ ਬਿਲੋਂਗ ਕਰਦੇ ਨੇ ਮੋਗਾ ਏਰੀਆ ਤੋਂ ਇਨਾਂ ਦੀ ਚੋਇਸ ਇਹ ਆ ਕਿ ਜਾਂ ਤਾਂ ਇਹਨਾਂ ਨੂੰ ਡੈਂਟਿਸਟ ਲੜਕੀ ਦਾ ਪ੍ਰੋਫਾਈਲ ਚਾਹੀਦਾ ਹੈ ਜਾਂ ਇਹਨਾਂ ਨੂੰ ਬੀਐਸਸੀ ਨਰਸਿੰਗ ਲੜਕੀ ਦਾ ਪ੍ਰੋਫਾਈਲ ਚਾਹੀਦਾ ਹੈ ਸੋ ਵਧੇਰੇ ਜਾਣਕਾਰੀ ਵਾਸਤੇ ਤੁਸੀਂ ਸਿੱਧਾ ਇਹਨਾਂ ਨੂੰ ਕਾਲ ਕਰ ਸਕਦੇ ਹੋ ਨੰਬਰ ਜਿਹੜਾ ਇਹਨਾਂ ਦਾ ਉਸ ਸਕਰੀਨ ਦੇ ਉੱਪਰ ਦਿੱਤਾ ਗਿਆ ਹੈ ਤੁਸੀਂ ਦੇਖ ਸਕਦੇ ਹੋ ਇਹ ਬਾਹਰ ਦਾ ਨੰਬਰ ਹੈ ਇਹ ਕੈਨੇਡਾ ਦਾ 3062093896 ਔਰ ਕਾਲ ਕਰਨ ਤੋਂ ਪਹਿਲਾਂ ਤੁਸੀਂ ਜਿਹੜਾ ਕੈਨੇਡਾ ਦਾ ਕੋਡ ਹੈ ਪਲੱਸ 1 ਓ ਲਗਾ ਲੈਣਾ ਹੈ ਓ ਲਗਾ ਕੇ ਤੁਸੀਂ ਇਹ ਨੰਬਰ ਤੇ ਉਤੇ ਸੰਪਰਕ ਕਰ ਸਕਦੇ ਹੋ ਔਰ ਇਹਨਾਂ ਤੋਂ ਹਰ ਕਿਸਮ ਦੀ ਇਨਫੋਰਮੇਸ਼ਨ ਜਿਹੜੀ ਆ ਉਹ ਲੈ ਸਕਦੇ ਹੋ ਹਾਂਜੀ ਨੈਕਸਟ ਜਿਹੜਾ ਪ੍ਰੋਫਾਈਲ ਹੈ ਇਹ ਹੈ ਜੱਟ ਸਿੱਖ ਕਾਸਟ ਦੇ ਦੋ ਲੜਕੇ ਨੇ ਸਕੇ ਭਰਾ ਨੇ ਇੱਕ ਲੜਕਾ ਜਿਹੜਾ ਉਹ ਕੈਨੇਡਾ ਦੇ ਵਿੱਚ ਹੈ ਇੱਕ ਲੜਕਾ ਜਿਹੜਾ ਉਹ ਇੰਡੀਆ ਦੇ ਵਿੱਚ ਹੈ ਔਰ ਇੱਕ ਦੀ ਜਿਹੜੀ ਏਜ ਹੈ ਉਹ ਹੈ 26 ਸਾਲ ਤੇ ਕੱਦ ਹੈ ਉਹਨਾਂ ਦਾ 6 ਫੁੱਟ 2 ਇੰਚ ਤੇ ਕੁਆਲੀਫਿਕੇਸ਼ਨ ਹੈ ਬੀਏ ਗ੍ਰੈਜੂਏਸ਼ਨ ਆਈਟੀਆਈ ਇਹ ਕੈਨੇਡਾ ਵਾਲੇ ਲੜਕੇ ਦਾ ਪ੍ਰੋਫਾਈਲ ਹੈ ਔਰ ਜਿਹੜਾ ਦੂਸਰਾ ਬ੍ਰਦਰ ਹੈ ਉਹਦੀ ਏਜ ਹੈ 24 ਸਾਲ ਤੇ ਹਾਈਟ ਹੈ ਉਹਨਾਂ ਦੀ 5 ਫੁੱਟ 10 ਇੰਚ ਤੇ ਪਲੱਸ 2 ਉਹਨਾਂ ਨੇ ਨਾਨ ਮੈਡੀਕਲ ਦੇ ਨਾਲ ਕੀਤੀ ਹੈ ਤੇ ਐਜ਼ ਅ ਟਰੱਕ ਡਰਾਈਵਰ ਉਹ ਜੌਬ ਕਰ ਰਹੇ ਨੇ ਇੰਡੀਆ ਵਿੱਚ ਸੋ ਇਹਨਾਂ ਦੋਨਾਂ ਲੜਕਿਆਂ ਵਾਸਤੇ ਜਿਹੜਾ ਹੈ ਦੋ ਸਕੀਆਂ ਪੈਣਾ ਦਾ ਪ੍ਰੋਫਾਈਲ ਚਾਹੀਦਾ ਹੈ ਜਿਹੜੀ ਇੱਕ ਲੜਕੀ ਕੈਨੇਡਾ ਦੇ ਵਿੱਚ ਪੀਆਰ ਹੋਵੇ ਔਰ ਇੱਕ ਜਿਹੜੀ ਆ ਚਾਹੇ ਇੰਡੀਆ ਵਿੱਚ ਹੋਵੇ ਔਰ ਦੋਨਾਂ ਬ੍ਰਦਰਸ ਨੇ ਜਿਹੜਾ ਹੈ ਉਥੇ ਕੈਨੇਡਾ ਦੇ ਵਿੱਚ ਹੀ ਸੈਟਲ ਹੋਣਾ ਹੈ ਸੋ ਪੰਜਾਬ ਤੋਂ ਹੀ ਬਿਲੋਂਗ ਕਰਦੇ ਨੇ ਬਰਨਾਲਾ ਏਰੀਆ ਤੋਂ ਔਰ ਵਧੇਰੇ ਜਾਣਕਾਰੀ ਵਾਸਤੇ ਤੁਸੀਂ ਇਹਨਾਂ ਨੂੰ ਡਾਇਰੈਕਟ ਕਾਲ ਕਰ ਸਕਦੇ ਹੋ ਇਹਨਾਂ ਦੇ ਦੋ ਕੰਟੈਕਟ ਨੰਬਰ ਦਿੱਤੇ ਗਏ ਨੇ ਤੁਸੀਂ ਧਿਆਨ ਦੇ ਨਾਲ ਦੇਖ ਕੇ ਚੈੱਕ ਕਰਕੇ ਇਹਨਾਂ ਨੂੰ ਕਾਲ ਕਰ ਲੈਣਾ ਹੈ ਔਰ ਇਹਨਾਂ ਦੇ ਕੰਟੈਕਟ ਨੰਬਰਸ ਨੇ 8264509618 ਐਂਡ ਸੈਕੰਡ ਵਨ ਹੈ 9653125838 ਹਾਂਜੀ ਨੈਕਸਟ ਜਿਹੜਾ ਪ੍ਰੋਫਾਈਲ ਹੈ ਇਹ ਹੈ ਰਵੀ ਦਾਸੀ ਆਕਾਸਟ ਦਾ ਲੜਕਾ ਜਿਹੜਾ ਯੂਕੇ ਦੇ ਵਿੱਚ ਵੈਲ ਸੈਟਲ ਹੈ ਔਰ ਇਹਨਾਂ ਦੀ ਜਿਹੜੀ ਡੇਟ ਆਫ ਬਰਥ ਹੈ ਉਹ ਹੈ 26 ਅਗਸਤ 1999 ਜੀਹਾਂ 26th ਅਗਸਟ 1999 ਹਾਈਟ ਹੈ ਇਹਨਾਂ ਦੀ 5 ਫੁੱਟ 11 ਇੰਚ ਇੱਕ ਇਹਨਾਂ ਦਾ ਬ੍ਰਦਰ ਹੈ ਉਹ ਕੈਨੇਡਾ ਦੇ ਵਿੱਚ ਵੈਲ ਸੈਟਲ ਹੈ ਔਰ ਪੰਜਾਬ ਤੋਂ ਬਿਲੋਂਗ ਕਰਦੇ ਨੇ ਨਵਾਂ ਸ਼ਹਿਰ ਤੋਂ ਇਹਨਾਂ ਦੀ ਸਾਰੀ ਦੀ ਸਾਰੀ ਜਿਹੜੀ ਫੈਮਿਲੀ ਆ ਉਹ ਵੈਲ ਸੈਟਲ ਫੈਮਿਲੀ ਆ ਔਰ ਵੈਲ ਐਜੂਕੇਟਿਡ ਫੈਮਿਲੀ ਹੈ ਨਵਾਂ ਸ਼ਹਿਰ ਤੋਂ ਇਹ ਬਿਲੋਂਗ ਕਰਦੇ ਨੇ ਔਰ ਇਹਨਾਂ ਦਾ ਜਿਹੜਾ ਕੰਟੈਕਟ ਨੰਬਰ ਹੈ ਉਹ ਹੈ 9501587054 ਸੋ 9501587054 ਇਸ ਨੰਬਰ ਤੇ ਤੁਸੀਂ ਕਾਲ ਕਰਕੇ ਇਹਨਾਂ ਤੋਂ ਹਰ ਕਿਸਮ ਦੀ ਇਨਫੋਰਮੇਸ਼ਨ ਲੈ ਸਕਦੇ ਹੋ ਹਾਂਜੀ ਨੈਕਸਟ ਜਿਹੜਾ ਪ੍ਰੋਫਾਈਲ ਹੈ ਇਹ ਹੈ ਰਾਜਪੂਤ ਕਾਸਟ ਦਾ ਲੜਕਾ ਜਿਹੜਾ ਯੂਐਸਏ ਦੇ ਵਿੱਚ ਵੈਲ ਸੈਟਲ ਹੈ ਔਰ ਇਹਨਾਂ ਦੀ ਜਿਹੜੀ ਡੇਟ ਆਫ ਬਰਥ ਹੈ ਉਹ ਹੈ 1 ਜੁਲਾਈ 1991 ਜੀ ਹਾਂ 1 ਜੁਲਾਈ 1991 ਹਾਈਟ ਹੈ ਨਾ ਦੀ 5 ਫੁੱਟ 8 ਇੰਚ ਔਰ ਪਲੱਸ 2 ਤੋਂ ਬਾਅਦ ਇਹਨਾਂ ਨੇ ਹੋਟਲ ਮੈਨੇਜਮੈਂਟ ਦੀ ਡਿਗਰੀ ਕੀਤੀ ਹੈ ਔਰ ਵੈਲ ਸੈਟਲ ਸਾਰੀ ਫੈਮਿਲੀ ਹੈ ਯੂ ਐਸ ਏ ਦੇ ਵਿੱਚ ਕਾਫੀ ਸਾਲਾਂ ਤੋਂ ਇਹ ਰਹਿ ਰਹੇ ਨੇ ਔਰ ਇਹਨਾਂ ਦਾ ਕੰਟੈਕਟ ਨੰਬਰ ਹੈ 8872333665 ਸੋ ਆਈ ऍम ਗੋਇੰਗ ਟੂ ਰਿਪੀਟ ਅਗੇਨ 8872333655 88723 3365 ਸੋ ਤੁਸੀਂ ਧਿਆਨ ਦੇ ਨਾਲ ਨੰਬਰ ਚੈੱਕ ਕਰਕੇ ਇਹਨਾਂ ਨੂੰ ਕਾਲ ਕਰ ਸਕਦੇ ਹੋ ਇਹਨਾਂ ਨੂੰ ਕਾਲ ਕਰਕੇ ਤੁਸੀਂ ਹਰ ਕਿਸਮ ਦੀ ਇਨਫੋਰਮੇਸ਼ਨ ਲੈ ਸਕਦੇ ਹੋ ਕਿ ਤੁਸੀਂ ਪੰਜਾਬ ਤੋਂ ਕਿਹੜੀ ਜਗ੍ਹਾ ਤੋਂ ਜੇ ਜਾਂ ਤੁਹਾਡੇ ਫੈਮਿਲੀ ਮੈਂਬਰਸ ਕਿੰਨੇ ਆ ਜਾਂ ਲੜਕੇ ਦਾ ਸਟੇਟਸ ਕੀ ਹੈ ਸੋ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਤੁਸੀਂ ਕਾਲ ਕਰਕੇ ਇਹਨਾਂ ਤੋਂ ਲੈ ਸਕਦੇ ਹੋ ਹਾਂਜੀ ਨੈਕਸਟ ਜਿਹੜਾ ਪ੍ਰੋਫਾਈਲ ਹੈ ਇਹ ਹੈ ਜੱਟ ਸਿੱਖ ਕਾਸਟ ਦਾ ਲੜਕਾ ਪੁੱਲਰ ਇਹਨਾਂ ਦੀ ਗੋਤ ਹੈ ਔਰ ਇਹ ਅਮਰਤਧਾਰੀ ਨੇ ਪੰਜਾਬ ਤੋਂ ਬਿਲੋਂਗ ਕਰਦੇ ਨੇ ਫਿਰੋਜ਼ਪੁਰ ਏਰੀਆ ਤੋਂ ਹਾਈਟ ਹੈ ਇਹਨਾਂ ਦੀ 5 ਫੁੱਟ 9 ਇੰਚ ਡੇਟ ਆਫ ਬਰਥ ਹੈ ਇਹਨਾਂ ਦੀ 16 ਜਨਵਰੀ 1994 ਜ਼ਮੀਨ ਹੈ ਇਹਨਾਂ ਦੀ 8 ਏਕੜ ਔਰ ਸਟੱਡੀ ਹੈ ਇਹਨਾਂ ਦੀ ਬੀਐਸਸੀ ਐਗਰੀਕਲਚਰ ਔਨਰੇਬਲ ਐਂਡ ਜੌਬ ਕਰਦੇ ਨੇ ਵੋਕੇਸ਼ਨਲ ਐਗਰੀਕਲਚਰ ਟ੍ਰੇਨਰ ਦੀ ਐਨਐਸ ਕਯੂਐਫ ਦੇ ਵਿੱਚ ਔਰ ਵਧੇਰੇ ਜਾਣਕਾਰੀ ਵਾਸਤੇ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ 847 ਸੌਰੀ 8437907931 ਸੋ ਆਈ ਐਮ ਗੋਇੰਗ ਟੂ ਰਿਪੀਟ ਅਗੇਨ 8437907931 ਸੋ ਇਸ ਨੰਬਰ ਤੇ ਤੁਸੀਂ ਕਾਲ ਕਰਕੇ ਇਹਨਾਂ ਤੋਂ ਹਰ ਕਿਸਮ ਦੀ ਇਨਫੋਰਮੇਸ਼ਨ ਲੈ ਸਕਦੇ ਹੋ ਕਿ ਫੈਮਿਲੀ ਦੇ ਵਿੱਚ ਕਿੰਨੇ ਭੈਣ ਭਰਾ ਨੇ ਪੰਜਾਬ ਤੋਂ ਕਿਹੜੀ ਜਗ੍ਹਾ ਦੇ ਬਿਲੋਂਗ ਕਰਦੇ ਨੇ ਇਹਨਾਂ ਦੀ ਸੈਲਰੀ ਕਿੰਨੀ ਹੈ ਜੋ ਕੋਈ ਵੀ ਤੁਹਾਡੀ ਕੁਇਰੀ ਹੈ ਤੁਸੀਂ ਇਹਨਾਂ ਤੋਂ ਪੁੱਛ ਸਕਦੇ ਹੋ ਹਾਂਜੀ ਨੈਕਸਟ ਜਿਹੜਾ ਪ੍ਰੋਫਾਈਲ ਹੈ ਇਹ ਹੈ ਜੱਟ ਸਿੱਖ ਕਾਸਟ ਦਾ ਲੜਕਾ ਔਰ 1995 ਦਾ ਇਹਨਾਂ ਦਾ ਜਨਮ ਹੈ ਇਹਨਾਂ ਦੀ ਸਟੱਡੀ ਜਿਹੜੀ ਹੈ ਉਹ ਹੈ ਡਿਪਲੋਮਾ ਇਨ ਬਿਜ਼ਨਸ ਐਂਡ ਕੁਕਰੀ ਆਸਟ੍ਰੇਲੀਆ ਪਲੱਸ 2 ਇਹਨਾਂ ਨੇ ਨਾਨ ਮੈਡੀਕਲ ਚ ਕੀਤੀ ਹੈ ਪੰਜਾਬ ਤੋਂ ਡਿਸਟ੍ਰਿਕਟ ਸੰਗਰੂਰ ਤੋਂ ਹੀ ਬਿਲੋਂਗ ਕਰਦੇ ਨੇ ਔਰ ਜੱਟ ਸਿੱਖ ਇਹਨਾਂ ਦੀ ਫੈਮਿਲੀ ਹੈ ਗੋਤ ਹੈ ਇਹਨਾਂ ਦੀ ਢਾਲੀਵਾਲ ਦੋ ਇਹਨਾਂ ਦੀਆਂ ਵੱਡੀਆਂ ਸਿਸਟਰਸ ਨੇ ਉਹ ਮੈਰਿਡ ਨੇ ਇੱਕ ਇਹਨਾਂ ਦਾ ਜਿਹੜਾ ਬ੍ਰਦਰ ਹੈ ਉਹ ਆਸਟ੍ਰੇਲੀਆ ਦੇ ਵਿੱਚ ਹੈ ਔਰ 7.5 ਏਕੜ ਇਹਨਾਂ ਦੀ ਜ਼ਮੀਨ ਹੈ ਅ ਵਧੇਰੇ ਜਾਣਕਾਰੀ ਵਾਸਤੇ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਔਰ ਇਹਨਾਂ ਦਾ ਕੰਟੈਕਟ ਨੰਬਰ ਹੈ 6280510308 ਸੋ ਤੁਸੀਂ ਧਿਆਨ ਨਾਲ ਨੰਬਰ ਚੈੱਕ ਕਰਕੇ ਇਹਨਾਂ ਨੂੰ ਕਾਲ ਕਰ ਸਕਦੇ ਹੋ ਔਰ ਇਹਨਾਂ ਤੋਂ ਹਰ ਕਿਸਮ ਦੀ ਇਨਫਰਮੇਸ਼ਨ ਜਿਹੜੀ ਉਹ ਲੈ ਸਕਦੇ ਹੋ ਕਿ ਇਹ ਫੈਮਿਲੀ ਦੇ ਵਿੱਚ ਕਿੰਨੇ ਮੈਂਬਰਸ ਨੇ ਕਿੰਨੇ ਮੈਰਿਡ ਨੇ ਕਿੰਨੇ ਅਨਮੈਰਿਡ ਨੇ ਪੰਜਾਬ ਤੋਂ ਕਿਹੜੀ ਜਗ੍ਹਾ ਤੋਂ ਨੇ ਇਹਨਾਂ ਦੀ ਨਿਕਮ ਕਿੰਨੀ ਹੈ ਜਾਂ ਆਸਟ੍ਰੇਲੀਆ ਦੇ ਵਿੱਚ ਵਰਕ ਪਰਮਿਟ ਦੇ ਨੇ ਜਾਂ ਪੀਆਰ ਨੇਜਾ ਇੰਡੀਆ ਵਿੱਚ ਨੇ ਸੋ ਹਰ ਤਰ੍ਹਾਂ ਦੀ ਇਨਫੋਰਮੇਸ਼ਨ ਜੋ ਵੀ ਤੁਹਾਡੀਆਂ ਕੁਐਰੀਜ਼ ਨੇ ਤੁਸੀਂ ਇਹਨਾਂ ਨੂੰ ਕਾਲ ਕਰਕੇ ਡਾਇਰੈਕਟ ਕਾਲ ਕਰਕੇ ਪੁੱਛ ਸਕਦੇ ਹੋ ਹਾਂਜੀ ਨੈਕਸਟ ਜਿਹੜਾ ਪ੍ਰੋਫਾਈਲ ਹੈ ਇਹ ਹੈ ਰਾਮ ਗੜੀਆ ਸਿੱਖ ਕਾਸਟ ਦੀ ਲੜਕੀ ਜਿਹੜੀ ਕੈਨੇਡਾ ਦੇ ਵਿੱਚ ਪੀਆਰ ਹੈ ਔਰ ਇਹਨਾਂ ਦੀ ਜਿਹੜੀ ਡੇਟ ਆਫ ਬਰਥ ਹੈ ਉਹ ਹੈ 1998 ਦਾ ਇਹਨਾਂ ਦਾ ਜਨਮ 1998 ਦੇ ਬੌਰਨ ਨੇ ਹਾਈਟ ਹੈ ਇਹਨਾਂ ਦੀ 5 ਫੁੱਟ 2 ਇੰਚ ਇਹ ਕ ਇਹਨਾਂ ਦਾ ਬ੍ਰਦਰ ਹੈ ਔਰ ਪੰਜਾਬ ਤੋਂ ਹੀ ਬਿਲੋਂਗ ਕਰਦੇ ਨੇ ਧਰਮਕੋਟ ਮੁਗਾ ਤੋਂ ਔਰ ਇਹਨਾਂ ਦਾ ਜਿਹੜਾ ਫੈਮਿਲੀ ਦਾ ਨੰਬਰ ਹੈ ਉਹ ਹੈ 985599696 ਸੋ ਇਸ ਨੰਬਰ ਤੇ ਤੁਸੀਂ ਕਾਲ ਕਰਕੇ ਇਹਨਾਂ ਤੋਂ ਹਰ ਕਿਸਮ ਦੀ ਇਨਫੋਰਮੇਸ਼ਨ ਜਿਹੜੀ ਹੈ ਤੁਸੀਂ ਲੈ ਸਕਦੇ ਹੋ ਕਿ ਇਹ ਕੈਨੇਡਾ ਦੇ ਕਿਹੜੇ ਸ਼ਹਿਰ ਵਿੱਚ ਰਹਿ ਰਹੇ ਨੇ ਔਰ ਕਦੋਂ ਇਹਨਾਂ ਨੇ ਉਹ ਜਿਹੜੀ ਪੀਆਰ ਮਿਲੀ ਹੈ ਔਰ ਇਹਨਾਂ ਦੀ ਚੋਇਸ ਕੀ ਹੈ ਮੋਸਟਲੀ ਤੇ ਇਹਨਾਂ ਦੀ ਚੋਇਸ ਇਹੀ ਹੈ ਕਿ ਇਹਨਾਂ ਨੇ ਯੂਐਸਏ ਦੇ ਵਿੱਚ ਪੀਆਰ ਲੜਕੇ ਦਾ ਪ੍ਰੋਫਾਈਲ ਚਾਹੀਦਾ ਹੈ ਔਰ ਮੈਰਿਜ ਜਿਹੜੀ ਹੈ ਇਹਨਾਂ ਨੇ ਸਿਰਫ ਔਰ ਸਿਰਫ ਜਿਹੜੀ ਰਾਮਗੜੀਆ ਕਾਸਟ ਵਿੱਚ ਹੀ ਕਰਨੀ ਹੈ ਸੋ ਵਧੇਰੇ ਜਾਣਕਾਰੀ ਵਾਸਤੇ ਤੁਸੀਂ ਡਾਇਰੈਕਟ ਇਹਨਾਂ ਨੂੰ ਕਾਲ ਕਰ ਸਕਦੇ ਹੋ ਔਰ ਇਹਨਾਂ ਤੋਂ ਹਰ ਕਿਸਮ ਦੀ ਇਨਫੋਰਮੇਸ਼ਨ ਜਿਹੜੀ ਹੈ ਉਹ ਤੁਸੀਂ ਲੈ ਸਕਦੇ ਹੋ ਸੋ ਅੱਜ ਦੀ ਵੀਡੀਓ ਦੇ ਵਿੱਚ ਬਸ ਇੰਨਾ ਹੀ ਹੋਰ ਨਵੇਂ ਪ੍ਰੋਫਾਈਲਜ਼ ਲੈ ਕੇ ਜਲਦੀ ਅਸੀਂ ਵੀਡੀਓ ਨੂੰ ਅਪਲੋਡ ਕਰਾਂਗੇ ਜਿਦੇ ਵਿੱਚ ਤੁਹਾਡੇ ਵਾਸਤੇ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂਕੇ ਯੂਐਸਏ ਇਟਲੀ ਫਰਾਂਸ ਪੁਰਤਗਾਲ ਦੇ ਜਿਹੜੇ ਪ੍ਰੋਫਾਈਲਜ਼ ਨੇ ਲੜਕੀਆਂ ਦੇ ਔਰ ਲੜਕਿਆਂ ਦੇ ਜਿਦੇ ਵਿੱਚ ਉਹ ਡਾਕਟਰ ਇੰਜੀਨੀਅਰ ਮੈਕੈਨਿਕ ਹੋਟਲ ਮੈਨੇਜਮੈਂਟ ਸੋ ਆਹੋ ਜਿਹੀ ਜਿਹੜੇ ਉਹਨਾਂ ਦੇ professions ਹੋਣਗੇ ਸੋ ਸਾਰਿਆਂ ਦਾ ਵੀਡੀਓ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਥੈਂਕਸ